ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ਹਾਲ ਹੋਵੋਗੇ। ਮੈਂ ਵੀ ਬਿਲਕੁਲ ਠੀਕ ਹੈ। ਟਾਈਮ ਹੋ ਰਿਹਾ 7:15 ਦਾ, ਮੈਂ ਧੋਣੇ ਕੱਪੜੇ, ਅੱਧੇ ਕੁ ਧੋਤੇ ਗਏ, ਅੱਧੇ ਕੁ ਰਹਿ ਗਏ। ਉਹ ਨਾ ਅੰਦਰ ਦਾਲ ਸਬਜ਼ੀ ਨਹੀਂ ਬਣਾਉਣੀ ਸੀ, ਅੱਜ ਮੈਂ ਫ੍ਰੀ ਸੀ, ਅੰਦਰੋਂ ਦਾਲ ਸਬਜ਼ੀ ਕਰਨੀ। ਫਿਰ ਮੈਂ ਕਿਹਾ ਚਲ ਕੱਪੜੇ ਧੋ ਲੈਣ ਜਿਹੜੇ ਪਏ ਨੇ, ਹੈ ਨਾ, ਨਹੀਂ ਕੱਲ੍ਹ ਨੂੰ ਜ਼ਿਆਦਾ ਹੋ ਜਾਣਗੇ, ਥੋੜ੍ਹਾ ਥੋੜ੍ਹਾ ਕਰਕੇ ਸੁੱਕ ਵੀ ਜਾਣਗੇ, ਮੌਸਮ ਵੀ ਬਾਹਰ ਬੱਦਲਵਾਈ ਵਾਲਾ, ਥੋੜ੍ਹੇ ਜਿਹਾ ਆਪਾਂ ਨੂੰ ਸੰਭਾਲਣੇ ਵੀ ਸੌਖੇ ਰਹਿਣਗੇ। ਚਿੱਟਿਆਂ ਨੀਲ ਦੇਣਾ ਪਵੰਡ, ਚਿੱਟੇ ਨੀਲ ਦੇ ਕੇ ਦੁਬਾਰਾ ਫਿਰ ਡਰਾਈ ਕਰਨੇ ਪੈਣਗੇ। ਕੁਛ ਮੈਂ ਥੋੜ੍ਹੇ ਜਿਹੇ ਧੋ ਕੇ ਬਾਹਰ ਪਾ ਤੇ ਸੁੱਕਣ, ਕੁਛ ਰਹਿ ਗਏ। ਇੱਕ ਸਪਰੋਟ ਨੂੰ ਵੀ ਧੋਤਾ ਜਾ ਰਿਹਾ, ਜਿਹਨੇ ਧੋਤੇ ਜਾ ਰਹੇ ਨਾਲ ਦੇ ਨਾਲ ਸੁੱਕਣੇ ਪਾ ਰਹੀ ਹਾਂ। ਜਦੋਂ ਆਏ ਹੁੰਦਾ ਕੰਮ ਅੰਦਰਲਾ ਘੱਟ ਹੋਵੇ ਫਿਰ ਕੁਛ ਹੋਰ ਕਰ ਲਓ, ਹੈ ਨਾ, ਵਿਹਲੇ ਬਹਿ ਕੇ ਵੀ ਕੀ ਕਰਨਾ। ਹਾਲੇ ਮੈਂ ਆਪਣਾ ਬ੍ਰੇਕਫਾਸਟ ਕਰਨਾ, ਬ੍ਰੇਕਫਾਸਟ ਬਣਾਉਣਾ ਅੰਦਰ ਜਾ ਕੇ, ਬਣਾਉਂਗੀ ਦਲੀਆ, ਦਲੀਆ ਦਿਲ ਕਰ ਰਿਹਾ ਮੇਰਾ, ਬਣਾ ਲਾ। ਚਲੋ ਜੀ, ਕੱਪੜੇ ਥੋੜ੍ਹੇ ਸੀ ਪਰ ਫਿਰ ਮੈਨੂੰ ਐਂ ਹੋ ਗਿਆ ਵੀ ਜੇ ਬਾਰਿਸ਼ ਲੱਗ ਗਈ, ਕਈ ਵਾਰ 2-3 ਦਿਨ ਲਗਾਤਾਰ ਹੜਦੀ ਰਹੀ, ਹੈ ਨਾ, ਫਿਰ ਅੰਦਰ ਪਾਓ ਧੋ ਕੇ, ਧੋਤੇ ਬਿਨਾਂ ਸਰਦਾ ਨਹੀਂ, ਅੰਦਰ ਪਾਓ ਉਹ ਗਿਚ ਗਿਚ ਜਿਹੀ ਸਮੈਲ ਜਿਹੀ ਆਉਣ ਲੱਗ ਜਾਂਦੀ ਹੈ, ਹੈ ਨਾ, ਨਾਲੇ ਬਾਹਰ ਵਰਗੀ ਤਾਂ ਅੰਦਰ ਸੁਕਾਉਣ 'ਚ ਮਜ਼ਾ ਨਹੀਂ ਹੁੰਦਾ ਜਿਵੇਂ ਬਾਹਰ ਕੱਪੜੇ ਸੁੱਕ ਜਾਣ। ਮੈਂ ਚਲੋ ਜਿੰਨੇ ਹੈਗੇ ਨੇ ਵੀ ਧੋ ਕੇ ਪਾ ਦਿੰਦੀ ਹਾਂ, ਅੱਜ ਨਹੀਂ ਕੱਲ੍ਹ ਧੋਣੇ ਤਾਂ ਪੈਣਗੇ ਕੱਪੜੇ। ਹੁਣ ਕੱਪੜੇ ਬਹੁਤ ਥੋੜ੍ਹੇ ਸੀਗੇ, ਜ਼ਿਆਦਾ ਨਹੀਂ ਸੀਗੇ। ਮੈਂ ਚਲੋ ਕੱਪੜੇ ਦਾ ਕੰਮ ਖਤਮ ਕਰਦਾ। ਅੰਦਰ ਦਾਲ ਸਬਜ਼ੀ ਨਹੀਂ ਬਣਾਉਣੀ ਸੀ ਪਰ ਕੰਮ ਸਟਿੱਲ ਹੈਗੇ ਸੀ, ਦਾਲ ਸਬਜ਼ੀ ਨਹੀਂ ਬਣਾਉਣੀ, ਪਰ ਮੈਂ ਉਸ ਤੋਂ ਜ਼ਿਆਦਾ ਕੰਮ ਵਿੱਢੇ ਪਏ ਸੀ ਅੱਜ। ਅਤੇ ਦਵਿੰਦਰ ਇੱਧਰ ਸਵੇਰੇ ਸਵੇਰੇ ਮਾਲੀ ਤੋਂ ਕਰਾ ਰਹੇ ਸੀ ਕੰਮ, ਫਲਾਂ ਵਾਲੇ ਬੂਟੇ ਲਿਆਉਂਦੇ ਸੀਗੇ, ਉਹ ਲਗਵਾ ਰਹੇ ਸੀਗੇ। 2-3 ਦਿਨ ਹੋ ਗਏ ਉਹਨੂੰ ਲੱਗੇ ਨੂੰ, ਨਾ ਬਾੜੀ ਸਾਰੀ, ਕੱਖ ਕੰਡਾ ਸਾਰਾ ਕਢਵਾਇਆ, ਬਹੁਤ ਬੁਰਾ ਹਾਲ ਹੋਇਆ ਪਿਆ ਸੀ, ਕੱਖਾਂ ਨਾਲ ਭਰੀ ਪਈ ਸੀ ਬਾੜੀ। ਉਹ ਅੱਜ ਸਵੇਰੇ ਹੀ ਆ ਗਏ ਹੈ, ਪਿੰਡ 'ਚ ਹੀ ਸਾਡੀ ਗਲੀ 'ਚ ਹੋਈ ਆ। ਹੁਣ ਇੱਥੇ ਸਬਜ਼ੀ ਬਿਲਕੁਲ ਨਹੀਂ ਲਗਾਉਂਦੇ, ਸਬਜ਼ੀ ਬਿਲਕੁਲ ਨਹੀਂ ਲਗਾਉਂਦੇ। ਸਰਦੀ ਵਿੱਚ ਪਾਲਕ, ਮੇਥੇ, ਧਨੀਆ ਬਸ, ਹੈ ਨਾ, ਮਿਰਚ। ਪਹਿਲਾਂ ਘਾਹ ਸੀ, ਦਿਖਦੇ ਨਹੀਂ ਸੀਗਾ, ਇਹਨਾਂ ਨਾਲ ਤਾਂ ਇਹਦੇ ਵਿੱਚ ਉਹ ਹੋਇਆ ਪਿਆ ਸੀ, ਘਾਹ ਦਿਖਦੇ ਤਾਂ ਦਿਖਦੇ ਨਹੀਂ ਸੀ, ਮਿਰਚਾਂ ਤਾਂ ਲੱਗੀਆਂ ਪਈਆਂ ਨੇ, ਮਿਰਚਾਂ ਬੜੇ ਸੋਹਣੇ ਲੱਗੇ ਪਏ। ਪਿਛਲੇ ਸਾਲ ਆਪਾਂ ਇੰਨੀ ਸੁਕਾ ਲਈਆਂ ਸੀ ਲਾਲ ਮਿਰਚਾਂ ਕਰਕੇ। ਉਹ ਸਾਰਾ ਉਹਨਾਂ ਨੂੰ ਦੱਸ ਰਹੇ ਸੀ ਵੀ ਆਹ ਬੂਟੇ ਇੱਥੇ ਲਗਾਉਣੇ, ਇੱਥੇ ਲਗਾਉਣੇ ਨੇਗੇ, ਲੀਚੀ ਦੇ, ਅੰਜੀਰ ਦਾ, ਅੰਬ ਦਾ, ਪਤਾ ਨਹੀਂ ਕਿਹੜੇ ਕਿਹੜੇ ਫਰੂਟਸ ਇਹ ਲਿਆਈ ਬੈਠੇ ਨੇ। ਉਹਨਾਂ ਨੂੰ ਸ਼ੌਂਕ ਚੜ੍ਹਿਆ ਪਿਆ ਹੁਣ ਵੀ ਬਾੜੀ 'ਚ ਸਾਰੀ ਤਰ੍ਹਾਂ ਦੇ ਫਰੂਟਸ ਹੋਣ। ਅਤੇ ਅੰਦਰ ਕਿਚਨ ਵਿੱਚ ਅੱਜ ਮੈਂ ਕਰ ਰਹੀ ਸੀ ਬਹੁਤ ਬਹੁਤ ਕੰਮ, ਮੈਂ ਕਿਹਾ ਚੱਲ ਇੱਕ ਦੋ ਐਕਸਟਰਾ ਕੰਮ ਜੇ ਹੋਰ ਕਰਨ ਵਾਲੇ ਸੀ ਵੀ ਜੇ ਅੱਜ ਜੇ ਦਾਲ ਸਬਜ਼ੀ ਨਹੀਂ ਬਣਾਉਣੀ, ਇਹ ਕੰਮ ਕਰ ਲਾਂਗੇ, ਕਰਨੇ ਪੈਣਗੇ ਹੁਣ ਨਹੀਂ ਸ਼ਾਮ ਨੂੰ। ਇੱਕ ਤਾਂ ਮੈਂ ਬਣਾਉਣਾ ਸੀ ਰਸਨਾ ਲੈਮਨ ਫਲੇਵਰ ਵਾਲਾ, ਉਹਦੇ ਲਈ ਮੈਂ ਚੀਨੀ ਪਹਿਲਾਂ ਜੋਖੀ, ਚੀਨੀ ਜੋਖ ਕੇ ਫਿਰ ਮੈਂ ਮਿਕਸੀ 'ਚ ਪੀਸੀ। ਮੈਂ ਕਿਹਾ ਚਲੋ ਫਿਰ ਪਾਣੀ ਵਿੱਚ ਜਲਦੀ ਮਿਕਸ ਹੋ ਜੂਗੀ ਪੀਸੀ ਹੋਈ ਚੀਨੀ। ਪਹਿਲਾਂ ਮੈਂ ਕੰਡੇ ਤੋਂ ਜੋਖ ਲਈ ਸੀਗੀ, ਜਿੰਨੀ 2 ਡੱਬੀਆਂ ਵਿੱਚ ਉਹ ਪੈਣੀ ਸੀਗੀ, ਫਿਰ ਮੈਂ ਮਿਕਸੀ 'ਚ ਪੀਸ ਰਹੀ ਹਾਂ ਤਾਂ ਕਿ ਜਲਦੀ ਮੈਲਟ ਹੋ ਜਾਵੇ ਪਾਣੀ ਵਿੱਚ। ਬਹੁਤ ਜ਼ਿਆਦਾ ਮੈਨੂੰ ਵੀ ਟਾਈਮ ਨਾ ਲੱਗਣੀ, ਸਾਬਤ ਚੀਨੀ ਮੋਟੀ ਮੋਟੀ ਚੀਨੀ ਨਾ ਮਿਕਸ ਕਰਦੇ ਪਾਣੀ ਵਿੱਚ ਬਹੁਤ ਟਾਈਮ ਲੱਗ ਜਾਂਦਾ। ਅਤੇ ਨਾਲ ਮੈਂ ਘਿਓ ਗਰਮ ਕਰਨਾ ਸੀ, ਘਿਓ ਬਣਾਉਣਾ ਸੀਗਾ, ਆਟਾ ਵੀ ਮੈਂ ਹਜੇ ਗੁੰਨਣਾ ਸੀਗਾ, ਆਪਦਾ ਬ੍ਰੇਕਫਾਸਟ ਵੀ ਮੈਂ ਬਣਾਉਣਾ ਸੀਗਾ, ਕਾਫੀ ਕੰਮ ਸੀ। ਮੈਂ ਕਿਹਾ ਪਹਿਲਾਂ ਚੀਨੀ ਪੀਸਦਾ ਪੱਖਾ ਲਗਾ ਕੇ, ਨਹੀਂ ਫਿਰ ਮੈਂ ਗੈਸ ਵਾਲਾ ਕੰਮ ਕਰੂੰ, ਮੈਨੂੰ ਪੱਖਾ ਬੰਦ ਕਰਨਾ ਪੈਣਾ, ਉਹ ਮੈਂ ਇਕੱਠਾ ਹੀ ਕਰਦੀ ਹਾਂ ਬਾਅਦ ਵਿੱਚ। ਚੀਨੀ ਪੀਸ ਕੇ ਜਿਹੜੇ ਭਾਂਡੇ ਵਿੱਚ ਮੈਂ ਪਾਣੀ ਪਾਉਣਾ ਰਸਨਾ ਬਣਾਉਣਾ, ਉਹਦੇ ਵਿੱਚ ਮੈਂ ਪਾਈ ਜਾ ਰਹੀ ਹਾਂ। ਅਤੇ ਖੇਤ ਰੋਜ਼ ਸ਼ਾਮ ਨੂੰ ਮਿੱਠਾ ਪਾਣੀ ਜਾਂਦਾ, ਹੈ ਨਾ, ਕਦੇ ਉਹ ਦੇਤਾ ਜਾਂ ਲਾਹੌਰੀ ਜੀਰਾ ਦੇਤਾ, ਕਦੇ ਨਿੰਬੂ ਪਾਣੀ ਬਣਾਤਾ, ਕਦੇ ਕੁਛ ਬਣਾਤਾ, ਫਿਰ ਚਾਹੀਦਾ ਹੀ ਹੁੰਦਾ ਪਾਣੀ ਤਾਂ, ਕੁਛ ਨਾ ਕੁਛ ਤਾਂ ਬਦਲਵਾਂ ਜਿਹਾ ਰੋਜ਼ ਹੋ ਜਾਂਦਾ। ਅਤੇ ਉਹ ਖਤਮ ਹੋਇਆ ਪਿਆ ਸੀਗਾ, ਫਿਰ ਮੈਂ ਕਿਹਾ ਚਲੋ ਆਹ ਪਏ ਨੇ ਡੱਬੀਆਂ ਪਈਆਂ ਜਿਹੜੀਆਂ ਰਸਨੇ ਵਾਲੀਆਂ, ਫਿਰ ਪਈਆਂ ਵੀ ਖਰਾਬ ਹੋ ਜਾਣ, ਕਿਸੇ ਕੰਮ ਨਹੀਂ ਆਉਣੀਆਂ, ਅਤੇ ਇਹ ਬਣਾ ਹੀ ਦਿੰਦੀ ਹਾਂ ਫਿਰ, ਕਿਉਂਕਿ ਹਾਂ ਮਹੀਨਾ ਕੀ ਹੁਣ, ਅਗਲੇ ਮਹੀਨੇ ਤੋਂ ਫਿਰ ਇਹ ਪੀਣ ਨੂੰ ਦਿਲ ਨਹੀਂ ਕਰਨਾ ਹੈਗਾ, ਮੌਸਮ ਚੇਂਜ ਹੋ ਜੂ, ਮਹੀਨਾ ਕੁ ਹੁਣ ਪਾਣੀ ਪੀਤਾ ਜਾਊਗਾ। ਇਹਦੇ ਵਿੱਚ ਪਾਣੀ ਵੀ ਮੈਂ ਨਾਪ ਕੇ ਪਾ ਲਿਆ, ਜਿਵੇਂ ਇੱਕ ਡੱਬੇ ਵਿੱਚ 1 ਲੀਟਰ ਪਾਣੀ ਮੈਂ ਪਾਉਣੀ ਹੁੰਦੀ ਹਾਂ, ਉਹ ਇੰਨਾ ਹੀ ਮੈਨਸ਼ਨ ਹੁੰਦਾ ਉਹਦੇ ਉੱਪਰ 1 ਲੀਟਰ, ਅਤੇ ਪਾਣੀ ਨਾਪ ਕੇ ਪਾ ਲਿਆ, ਅਤੇ ਇਹਨੂੰ ਅੱਛੀ ਤਰ੍ਹਾਂ ਚੀਨੀ ਨੂੰ ਕਰ ਦੂੰ ਮਿਕਸ, ਫਿਰ ਪੀਸੀ ਹੋਈ ਚੀਨੀ ਜਲਦੀ ਮਿਕਸ ਹੋ ਜਾਂਦੀ ਪਾਣੀ ਵਿੱਚ।
ਅਤੇ ਇੱਧਰ ਗੈਸ 'ਤੇ ਮੈਂ ਰੱਖਿਆ ਹੋਇਆ ਸੀ ਘਿਓ ਗਰਮ ਕਰਨਾ। ਇੱਕ ਵਾਰ ਮੈਂ ਪਹਿਲਾਂ ਘਿਓ ਗਰਮ ਕਰ ਲਿਆ ਸੀਗਾ, ਅੱਜ ਮੈਂ ਦੂਜੀ ਵਾਰ ਗਰਮ ਕਰ, ਇਹਦੇ ਵਿੱਚ ਲੱਸੀ ਪਾਣੀ ਹੈ ਨਾ ਕੱਢ ਕੇ ਫਿਰ ਮੈਂ ਘਿਓ ਗਰਮ ਹੋ ਜਾਂਦਾ, ਅੱਜ ਬਿਲਕੁਲ ਘਿਓ ਬਣ ਜੂ ਇਹ, ਮੈਂ ਤਿਆਰ ਦੂੰਗੀ। ਅਤੇ ਇੱਧਰ ਮੈਂ ਇੱਕ ਸਾਈਡ 'ਤੇ ਬਣਾ ਰਹੀ ਸੀ ਦਲੀਆ, ਦਲੀਆ ਮੈਂ ਕੁੱਕਰ ਵਿੱਚ ਬਣਾ ਲਿਆ। ਪਹਿਲਾਂ ਮੈਂ ਥੋੜ੍ਹੀ ਜਿਹੀ ਘਿਓ ਵਿੱਚ ਭੁੰਨ ਕੇ ਪਾਣੀ ਪਾ ਕੇ ਕੁੱਕਰ ਵਿੱਚ ਮੈਂ ਵਿਸਲ ਲਗਵਾਤੀ ਸੀਗੀ, ਉਸ ਬਾਅਦ ਖੋਲ੍ਹ ਕੇ ਕੁੱਕਰ ਫਿਰ ਮੈਂ ਦੁੱਧ ਪਾ ਕੇ ਹੁਣ ਸੇਕ ਲਗਾ ਰਹੀ ਹਾਂ, ਅਤੇ ਨਾਲ ਨਾਲ ਮੈਂ ਚੀਨੀ ਵੀ ਮਿਕਸ ਕਰੀ ਜਾ ਰਹੀ ਹਾਂ। ਕਾਫੀ ਕੰਮ ਸੀ ਫਿਰ, ਐਂ ਹੁੰਦਾ ਖੜ੍ਹੇ ਤਾਂ ਹੈਗੇ ਆ ਹੈ ਨਾ, ਮੈਨੂੰ ਐਂ ਹੁੰਦਾ ਵੀ ਇੱਕ ਦੋ ਕੰਮ ਜਿਹੜੇ ਹੋਰ ਹੈਗੇ ਮੈਂ ਐਕਸਟਰਾ ਇਕੱਠੇ ਕਰ ਲਵਾਂ, ਇਕੱਠੇ ਕਰ ਲਵਾਂ, ਮੈਨੂੰ ਲਾਲਚ ਹੋ ਜਾਂਦਾ ਵੀ ਮੈਂ ਕਈ ਕੰਮ ਇੱਕ ਵਾਰੀ 'ਚ ਕਰ ਲਵਾਂ। ਅਤੇ ਇੱਧਰ ਮੈਂ ਕਰ ਰਹੀ ਆਪਣਾ ਬ੍ਰੇਕਫਾਸਟ, ਦਲੀਆ ਉੱਪਰ ਪਾਈ ਮੈਂ ਸ਼ੱਕਰ, ਐਂ ਲੱਗ ਰਿਹਾ ਜਿਵੇਂ ਕੋਕਾ ਪਾਊਡਰ ਹੁੰਦਾ, ਉੱਪਰ ਮੈਂ ਸ਼ੱਕਰ ਪਾਉਣੀ ਹੁੰਦੀ ਹਾਂ, ਦਲੀਆ ਮੈਂ ਫਿੱਕਾ ਰੱਖਦੀ ਹਾਂ, ਸ਼ੱਕਰ ਉੱਪਰ ਪਾ ਲੈਣੇ 2 ਚਮਚ। ਘਿਓ ਗਰਮ ਹੋ ਗਿਆ, ਗਰਮ ਹੋ ਕੇ ਕਾਫੀ ਟਾਈਮ ਹੋ ਗਿਆ ਲੈਕਿਨ ਉਹਨੂੰ ਪਈ ਨੂੰ, ਅਤੇ ਮੈਂ ਚਲੋ ਹੁਣ ਇਹਨੂੰ ਨਤਿਆਰ ਦਿੰਦੀ ਹਾਂ। ਇਦੋਂ ਪਹਿਲਾਂ ਤਾਂ ਵਿੱਚ ਮੈਂ ਫੁਲਕੇ ਵੀ ਬਣਾ ਕੇ ਰੱਖਤੇ, ਤੂੰ ਨਤਿਆਰ ਰਹੀ ਹਾਂ ਘਿਓ, ਇਹ ਵਾਲਾ ਡੱਬਾ ਮੇਰਾ ਘਿਓ ਦਾ ਅੱਜ ਭਰ ਗਿਆ। ਅਤੇ ਅੱਜ ਨਾ ਮੈਨੂੰ ਉਹ ਘਿਓ ਦੂਸਰੇ ਡੱਬੇ ਵਿੱਚ ਪਾਉਣ ਲਈ ਮੈਂ ਡੱਬਾ ਦੇਖਿਆ, ਅਤੇ ਮੈਨੂੰ ਕੋਈ ਸਟੀਲ ਦਾ ਡੱਬਾ ਖਾਲੀ ਨਹੀਂ ਮਿਲਿਆ ਹੈਗਾ। ਮੈਂ ਕਿਹਾ ਮੇਰੇ ਕੋਲ ਇੰਨੇ ਡੱਬੇ ਨੇ, ਸਟੀਲ ਦਾ ਡੱਬਾ ਮੈਨੂੰ ਖਾਲੀ ਕਿਉਂ ਨਹੀਂ ਮਿਲਿਆ? ਅਤੇ ਮੇਰੇ 4-5 ਡੱਬੇ ਤਾਂ ਮੇਰੇ ਘਿਓ ਦੇ ਭਰੇ ਪਏ ਨੇ। ਫਿਰ ਮੈਂ ਪਲਾਸਟਿਕ ਵਾਲਾ ਡੱਬਾ ਲੈ ਕੇ ਆਈ, ਚੱਕ ਕੇ ਪਲਾਸਟਿਕ ਦੇ ਡੱਬੇ ਵਿੱਚ ਮੈਨੂੰ ਘਿਓ ਪਾਉਣਾ ਪਿਆ ਨਹੀਂ, ਹੁਣ ਮੈਂ ਬੰਦ ਕਰੇ ਹੋਏ ਸੀ ਪਲਾਸਟਿਕ ਦੇ ਡੱਬੇ। ਫਿਰ ਮੈਂ ਕਿਹਾ ਚਲੋ ਮੈਂ ਫਿਰ ਕੋਈ ਅਰੇਂਜ ਕਰਕੇ ਰੱਖੂੰਗੀ ਹੈ ਨਾ ਘਿਓ ਵਾਸਤੇ ਕੋਈ ਭਾਂਡਾ, ਇੱਕ ਤਾਂ ਖਾਲੀ ਹੋਣ ਵਾਲਾ ਸਾਡਾ ਡੱਬਾ ਜਿਹੜਾ ਜਿਸ ਘਿਓ ਯੂਜ਼ ਕਰ ਰਹੇ ਹਾਂ, ਅਤੇ ਮੈਂ ਚਲੋ ਖਾਲੀ ਕਰਕੇ ਉਹਨੂੰ ਵਾਸ਼ ਕਰਕੇ ਰੱਖੂੰਗੀ। ਇੱਕ ਵਾਰ ਮੈਂ ਇਹ ਪਲਾਸਟਿਕ ਵਾਲੇ 'ਚ ਹੀ ਪਾਤਾ, ਪਲਾਸਟਿਕ ਵਾਲੇ 'ਚ ਇਹ ਹੁੰਦਾ ਇੱਕ ਤਾਂ ਸੇਫ ਨਹੀਂ ਹੁੰਦਾ ਆਪਣਾ ਪਲਾਸਟਿਕ 'ਚ ਘਿਓ ਪਾਉਣਾ, ਇੱਕ ਹੁੰਦਾ ਗਰਮ ਘਿਓ ਵੀ ਡੱਬਾ ਖਰਾਬ ਹੋ ਜਾਂਦਾ ਹੈ ਨਾ, ਪਰ ਘਿਓ ਇੰਨਾ ਜ਼ਿਆਦਾ ਗਰਮ ਨਹੀਂ ਸੀਗਾ। ਘਿਓ ਦਾ ਕੰਮ ਹੋ ਗਿਆ ਖਤਮ, ਹੁਣ ਜਿਹੜਾ ਰਸਨਾ ਬਣਾਇਆ ਪਿਆ ਸੀ ਇਹਨੂੰ ਵੀ ਅੱਛੀ ਤਰ੍ਹਾਂ ਬੋਟਲ ਵਿੱਚ ਫਿਲ ਕਰ ਦਿੰਦੇ ਹਾਂ, ਇਹਦਾ ਵੀ ਕੰਮ ਖਤਮ ਹੋਊਗਾ। ਇਸ ਲਈ ਇਹ ਨਹੀਂ ਹੁੰਦਾ ਕਿ ਅੱਜ ਮੈਂ ਸਬਜ਼ੀ ਨਹੀਂ ਬਣਾਈ, ਮੈਨੂੰ ਕੋਈ ਕੰਮ ਨਹੀਂ ਸੀਗਾ, ਨਹੀਂ ਕੰਮ ਮੈਂ ਲੱਭ ਲੈਣੇ ਨੇ ਹੈ ਨਾ। ਅਤੇ ਉਹੀ ਗੱਲ ਹੁੰਦੀ, ਕੰਮ ਆਪਾਂ ਨੂੰ ਲੱਭਣੇ ਪੈਂਦੇ ਨੇ ਘਰ ਵਿੱਚ ਵੀ ਆਪਾਂ ਕਰਨਾ, ਫਿਰ ਤੁਰੰਤ ਆਪਾਂ ਕੰਮ ਜਦੋਂ ਯਾਦ ਆਉਂਦਾ ਆਪਾਂ ਨੂੰ ਕੰਮ ਦੀ ਲੋੜ ਹੁੰਦੀ ਆਪਾਂ ਉਦੋਂ ਕਰਦੇ ਹਾਂ, ਫਿਰ ਉਹ ਵੀ ਠੀਕ ਨਹੀਂ। ਇਸ ਲਈ ਪਤਾ ਜਿਹੜਾ ਕੰਮ ਕਰਨਾ, ਸ਼ਾਮ ਨੂੰ ਵੀ ਕਰਨਾ, ਕੱਲ੍ਹ ਨੂੰ ਵੀ ਕਰਨਾ, ਘਰ ਉਹਨੂੰ ਕਰਨ ਕੰਮ ਕਰਨ 'ਚ ਹੀ ਫਾਇਦਾ, ਫਿਰ ਵੀ ਟਾਈਮ ਨਾਲ ਜਿਹੜਾ ਕੰਮ ਹੋ ਜਾਵੇ ਠੀਕ ਹੈ। ਮੈਨੂੰ ਤਾਂ ਫਿਰ ਐਂ ਹੁੰਦਾ ਵੀ ਕੋਈ ਕੰਮ ਮੈਨੂੰ ਮਿਲ ਜੇ ਕਰਨ ਨੂੰ ਬਸ। ਇਹ ਬੋਟਲ ਭਰ ਗਈ, ਫਿਰ ਮੈਂ ਹੁਣ ਦੂਸਰੀ ਬੋਟਲ ਵਿੱਚ ਫਿਲ ਕਰਦੀ ਹਾਂ, ਉਹਨੂੰ ਦੂਸਰੀ ਬੋਟਲ ਲੈ ਕੇ ਆਈ ਹਾਂ, ਇਹ 'ਚ ਫਿਲ ਕਰਦੀ ਹਾਂ। ਫਿਰ ਰੋਜ਼ ਚਲੋ ਖੇਤ ਚਾਹੀਦਾ ਹੁੰਦਾ ਮਿੱਠਾ ਪਾਣੀ, ਮਿੱਠਾ ਪਾਣੀ ਰੋਜ਼, ਫਿਰ ਤੁਸੀਂ ਕਹਿੰਦੇ ਕੁਛ ਬਣਾ ਦਿਉ ਖੇਤ ਵਾਲਿਆਂ ਨੂੰ, ਕੁਛ ਸਕੰਜਮੀ ਸਪੈਸ ਕੁਛ ਬਣਾ ਕੇ ਦਿਉ, ਫਿਰ ਚਲੋ ਬਦਲ ਮਾਜਾ ਹੋ ਜਾਂਦਾ ਨਾ, ਅਗਲੇ ਪੀਣ ਨੂੰ ਵੀ ਚੰਗਾ ਲੱਗਦਾ ਰੋਜ਼ ਬਦਲ ਮਾਜਾ ਫਲੇਵਰ। ਟਾਈਮ ਹੋ ਰਿਹਾ 4 ਵਜੇ ਦਾ, 4 ਵੱਜ ਗਏ। ਇੱਧਰ ਮੈਂ ਰੱਖੀ ਹੋਈ ਆਪਣੀ ਚਾਹ ਕਰਨੀ, ਅਤੇ ਮੈਂ ਨਾ ਹੁਣ ਸੀਡਸ ਭਰ ਕੇ ਹਟੀ ਸੀ ਆ ਬੋਟਲਸ 'ਚ, ਛੋਟੇ ਛੋਟੇ ਸ਼ੀਸ਼ੀਆਂ ਲਗਾਈਆਂ ਹਨ ਮੈਂ ਸੀਡਸ ਵਾਸਤੇ, ਸਿਰੇ ਫਰਿੱਜ ਦੀ ਵਿੰਡੋ ਵਿੱਚ ਆ ਜਾਂਦੇ ਨੇ ਬੋਟਲਸ, ਮੇਰੇ ਕੋਲ ਵੱਡੀਆਂ ਹੀ ਪਈ ਨੇ ਪਰ ਉਹ ਵਿੰਡੋ 'ਚ ਨਹੀਂ ਆਉਂਦੀਆਂ ਹੈਗੀਆਂ, ਫਿਰ ਮੈਂ ਭਰਨੇ ਤਾਂ ਵਾਰੀ ਵਾਰੀ ਮੈਨੂੰ ਪੈਂਦੇ ਨੇ ਥੋੜ੍ਹੇ ਦਿਨਾਂ ਬਾਅਦ, ਫਿਰ ਵਿੰਡੋ 'ਚ ਆਰਾਮ ਨਾਲ ਈਜ਼ੀਲੀ ਟਿਕ ਜਾਂਦੀਆਂ ਨੇ। ਪੰਪਕਿਨ ਸੀਡਸ ਅਤੇ ਸਨਫਲਾਵਰ ਸੀਡਸ ਮੈਂ ਯੂਜ਼ ਕਰਦੀ ਹੁੰਦੀ ਹਾਂ। ਤੁਸੀਂ ਸਰਦੀ ਵਿੱਚ ਅਲਸੀ ਦੇ ਸੀਡਸ ਵੀ ਯੂਜ਼ ਕਰ ਸਕਦੇ ਹੋ, ਪਰ ਸਮੂਦੀਸ 'ਚ ਵੀ ਪਾ ਸਕਦੇ ਹੋ, ਤਾਂ ਉਹ ਆਪਾਂ ਇਹ ਸਰਦੀ ਵਿੱਚ ਡਰਾਈ ਰੋਸਟ ਕਰਕੇ ਵੀ ਸੀਡਸ ਖਾ ਸਕਦੇ, ਗਰਮੀ ਵਿੱਚ ਆਪਾਂ ਨਹੀਂ ਖਾਂਦੇ ਹਾਂ, ਸਮੂਦੀਸ 'ਚ ਰੈਸਪੀ 'ਚ ਯੂਜ਼ ਕਰਦੇ ਹਾਂ। ਅਤੇ ਨਾਲ ਨਾਲ ਮੈਂ ਚੋਕਲੇਟਸ ਵੀ ਖਾਂਦੀ ਹਾਂ, ਚੋਕਲੇਟ ਬਿਨਾਂ ਮੈਥੋਂ ਨਹੀਂ ਰਹਿ ਜਾਂਦਾ, ਮੈਨੂੰ ਰਹਿਣਾ ਬਹੁਤ ਔਖਾ ਚੋਕਲੇਟ ਬਿਨਾਂ, ਕਿਉਂਕਿ ਮਿੱਠੇ ਦੀ ਕਰੇਵਿੰਗ ਹੁੰਦੀ ਮੈਨੂੰ ਆਉਂਦਾ ਵੀ ਚੋਕਲੇਟ ਹੋਵੇ, ਆਹ ਮੈਂ ਚੋਕਲੇਟ ਖੁੱਲ੍ਹਾ, ਚੋਕਲੇਟ ਮੈਂ ਖਾਣਾ ਹੀ ਖਾਣਾ, ਦੁਪਹਿਰ ਦੀ ਰੋਟੀ ਤੋਂ ਬਾਅਦ, ਰਾਤ ਦੀ ਰੋਟੀ ਬਾਅਦ, ਇੱਕ ਪੀਸ ਮੈਂ ਖਾਣਾ ਖਾਣਾ, ਜੇ ਮੇਰਾ ਵੇਟ ਵਧੇ ਹੋਇਆ ਫਿਰ 1-2 ਦਿਨ ਮੈਂ ਖਾਂਦੀ ਵੀ ਨਹੀਂ ਹੈਗੀ, ਜੇ ਵੇਟ ਮੇਰਾ ਠੀਕ ਹੈ ਨੋਰਮਲ ਆ ਫਿਰ ਮੈਂ ਚੋਕਲੇਟ ਖਾਈ ਜਾਣਾ। ਸੀਡਸ ਮੈਂ ਫਰਿੱਜ ਵਿੱਚ ਹੀ ਰੱਖਦੀ ਹੁੰਦੀ ਹਾਂ।
ਜਿਹੜਾ ਚੋਕਲੇਟ ਖੁੱਲ੍ਹਾ ਉੱਪਰ ਰੱਖ ਲਾ ਬੜਾ ਬਣ ਸਕਿਆ ਜਾਂਦਾ। ਫਰਿੱਜ ਵਿੱਚ ਸੀਡਸ ਖਰਾਬ ਹੁੰਦੇ ਨੇ ਗਰਮੀ 'ਚ, ਬਾਹਰ ਖਰਾਬ ਹੋਣ ਦਾ ਡਰ ਰਹਿੰਦਾ। ਇਹਨੂੰ ਆਪਾਂ ਰੱਖ ਦੇਣੇ ਫਰਿੱਜ ਵਿੱਚ। ਚਾਹ ਉਬਲ ਰਹੀ ਹੈ, ਉਬਲ ਰਹੀ ਹੈ, ਉਬਲ ਰਹੀ ਹੈ, ਪੂਰੀ ਵਧੀਆ ਤਰੀਕੇ ਨਾਲ ਕੱਢ ਰਹੀ ਹੈ। ਚਾਹ ਬਣ ਗਈ, ਕੜ ਗਈ ਚਾਹ। ਮੈਨੂੰ ਕੜੀ ਹੋਈ ਚਾਹ ਵਧੀਆ ਲੱਗਦੀ ਆ, ਕਾਫੀ ਟਾਈਮ ਉਬਲੀ ਚੱਲੀ, 1 ਮਿੰਟ 2 ਮਿੰਟ ਉਬਲੀ ਚੱਲੇ ਨਾ ਉਹ ਵਧੀਆ ਲੱਗਦੀ ਆ। ਅਤੇ ਪੀਂਦੇ ਹੁਣ ਚਾਹ, 4 ਵੱਜ ਗਏ, 3:30 4 ਵਜੇ ਤੱਕ ਮੈਂ ਚਾਹ ਪੀਂਦੀ ਹੁੰਦੀ ਹਾਂ। ਚਾਹ ਦੇ ਨਾਲ ਬਿਸਕਿਟ, ਪੀਪੀ ਵਾਲੇ ਬਿਸਕਿਟ। ਚਲੋ ਜੀ ਕਰਦੇ ਹਾਂ ਚਾਹ ਇੰਜੋਏ। ਮੈਂ ਦਵਿੰਦਰ ਲਈ ਬਣਾ ਰਹੀ ਹਾਂ ਬੇਲ ਪੂਰੀ। ਆਹ ਸਮਾਨ ਮੈਂ ਚੌਪ ਕਰ ਲਿਆ, ਪਿਆਜ਼, ਆਲੂ, ਟਮਾਟਰ, ਨਿੰਬੂ ਪਾ ਦਾਂਗੇ ਉੱਤੇ। ਮੇਰੇ ਨਾ ਜੀਭ 'ਤੇ ਛਾਲਾ ਹੋ ਗਿਆ, ਬੋਲੇ ਨਹੀਂ ਜਾਂਦਾ। ਦੇਖ ਲੈ ਕ੍ਰਿਸਪ ਵੀ ਹੈ, ਕਦੇ ਸਲਾਬੀ ਨਹੀਂ ਹੋਈ ਹੋਵੇ। ਠੀਕ ਆ, ਆਲੂ ਵੀ ਪਾਉਂਦੇ ਨੇ ਛੋਟੇ ਛੋਟੇ ਪੀਸ ਕਰਕੇ ਉਹ ਵੀ ਪਾਉਂਦੇ ਹੁੰਦੇ ਨੇ ਉੱਪਰ ਪਾ ਦੇਣਾ ਆਪਾਂ ਵਾਲੀ ਸੌਸ। ਮਿਕਸ ਦਿੰਦੇ ਨੂੰ ਬਹੁਤ ਪਸੰਦ ਆ ਬੇਲ ਪੂਰੀ, ਮੈਨੂੰ ਨਹੀਂ ਅੱਛੀ ਲੱਗਦੀ, ਮੈਂ ਨਹੀਂ ਖਾਂਦੀ। ਇਹ ਬਹੁਤ ਖਾਂਦੇ ਨੇ, ਬਹੁਤ ਖਾਂਦੇ। ਬਣ ਕੇ ਤਿਆਰ ਆਪਣੀ ਬੇਲ ਪੂਰੀ, ਹੁਣ ਦਵਿੰਦਰ ਨੂੰ ਫੜਾ ਕੇ ਉਹਨੇ ਖੁਸ਼ ਹੋ ਜਾਣਗੇ। ਟਾਈਮ ਹੋ ਗਿਆ 6:45 ਦਾ ਅਤੇ ਮੈਂ ਹੋ ਗਈ ਰੈਡੀ। ਅਤੇ ਅੱਜ ਅਸੀਂ ਚੱਲੇ ਹਾਂ ਪਾਰਕ 'ਚ। ਮੈਂ ਦਵਿੰਦਰ ਨੂੰ ਪਹਿਲੇ ਕਿਹਾ ਸੀ ਅੱਜ ਪਾਰਕ 'ਚ ਚੱਲੀਏ, ਮੌਸਮ ਵਧੀਆ ਬਦਲਵਾਈ, ਕਹਿੰਦੇ ਚਲੋ। ਨਹੀਂ ਤਾਂ ਅੱਗੇ ਵੀ ਮੈਂ ਕਹਿੰਦੀ ਟਾਈਮ ਨਹੀਂ, ਕੰਮ ਆ ਨਾ, ਕੰਮ ਤਾਂ ਕਾਫੀ ਜ਼ਿਆਦਾ ਜ਼ੋਰ ਦਾ, ਖੇਤੀ ਦਾ ਕੰਮ ਸੀ ਹੁਣ ਤੱਕ ਦਾ। ਅਤੇ ਅੱਜ ਕਹਿੰਦੇ ਚਲੋ ਜਾ ਵੜਦੇ ਹਾਂ, ਅਤੇ ਮੌਸਮ ਵੀ ਠੀਕ ਹੈ। ਮੈਂ ਹੋ ਗਈ ਰੈਡੀ, ਪਹਿਲਾਂ ਮੈਂ ਹੋਰ ਟੀ ਸ਼ਰਟ ਪਾਈ, ਪਹਿਲਾਂ ਨਹੀਂ ਆਉਂਦੀ ਮੇਰੇ ਤਾਂ ਇੰਨੀ ਖੁੱਲ੍ਹੀ, ਮੈਨੂੰ ਤਾਂ ਐਂ ਲੱਗੇ ਵੀ ਹਾਈ ਪਤਾ ਨਹੀਂ ਚੋਲਾ ਜਿਹਾ ਮੈਂ ਕੀ ਪਾ ਲਿਆ। ਅਤੇ ਦਵਿੰਦਰ ਕਹਿੰਦੇ ਨਹੀਂ ਵਧੀਆ ਲੱਗਦੀ, ਠੀਕ ਹੈ, ਖੁੱਲ੍ਹੀ ਖੁੱਲ੍ਹੀ ਵਧੀਆ ਲੱਗਦੀ ਹੈ। ਮੈਂ ਕਿਹਾ ਨਹੀਂ, ਮੇਰੇ ਤੋਂ ਨਹੀਂ ਖੁੱਲ੍ਹੀ ਪਾਈ ਦੀ। ਫਿਰ ਮੈਂ ਚੇਂਜ ਕਰਕੇ ਆਹ ਵਾਲੀ ਪਾਈ, ਜਿਹੜੀ ਸਟੂਡੀਓ 'ਚ ਲੈ ਕੇ ਆਉਂਦੀ ਸੀ। ਦਿਨ ਪਾਣੀ ਦੀ ਬੋਟਲ ਭਰ ਲਾ, ਚੱਲੀਏ ਪਾਰਕ 'ਚ। ਮੈਂ ਕਰੂੰਗੀ ਸੈਰ, ਅਤੇ ਦਵਿੰਦਰ ਮੈਨੂੰ ਥੋੜ੍ਹੀ ਦੇਰ ਲਈ ਛੱਡ ਕੇ ਕੰਮ, ਬਾਜ਼ਾਰ 'ਚ ਕੁਛ ਕੰਮ ਕਰਨ ਜਾਂਦੀ ਕਹਿੰਦੇ, ਬਸ ਮੇਰਾ 10-15 ਮਿੰਟਾਂ ਦਾ ਕੰਮ ਹੈ, ਤੂੰ ਕੱਲੀ ਸੈਰ ਕਰ ਲਈਂਗੀ। ਮੈਂ ਕਰ ਲੂੰਗੀ, ਮੈਨੂੰ ਤਾਂ ਸੈਰ ਹੀ ਕਰਨੀ ਹੈ। ਪਾਰਕ ਵਿੱਚ ਨਾ ਵਧੀਆ ਲੱਗਦਾ ਸੈਰ ਕਰਨਾ, ਘਰ ਵਿੱਚ ਕੀ ਹੁੰਦਾ ਇੱਧਰ ਉੱਧਰ ਉੱਧਰ ਉੱਧਰ, ਐਂ ਲੱਗਦਾ ਵੀ ਕਦੇ ਕਦੇ ਤੇਜ਼ ਤੇਜ਼ ਜਾ ਕੇ ਕੰਧ 'ਚ ਨਸੀਰ ਵੱਜੇ ਕਦੇ, ਹੈ ਨਾ। ਉਹ ਥੋੜ੍ਹੀ ਜਗ੍ਹਾ ਤੋਂ ਮੁੜਨਾ ਔਖਾ ਲੱਗਦਾ, ਵੈਸੇ ਖੁੱਲ੍ਹਾ ਬੇੜਾ ਠੀਕ ਹੈ, ਪਰ ਰੋਜ਼ ਰੋਜ਼ ਸੈਰ ਕਰਨੀ ਵੀ ਜੀ ਅੱਕ ਜਾਂਦਾ ਇੱਕ ਥਾਂ ਤੋਂ, ਹੈ ਨਾ, ਥੋੜ੍ਹੀ ਜਿਹੀ ਜਗ੍ਹਾ 'ਚੋਂ।
ਕਦੇ ਨਾ ਕਦੇ ਦਿਲ ਕਰਦਾ ਵੀ ਥੋੜ੍ਹੀ ਖੁੱਲ੍ਹੀ ਜਗ੍ਹਾ 'ਚ ਬਾਹਰ ਨਿਕਲ ਕੇ ਹੋਰ ਨਵੀਂ ਜਗ੍ਹਾ 'ਤੇ ਸੈਰ ਕਰੀਏ। ਮੈਨੂੰ ਪਾਰਕ 'ਚ ਸੈਰ ਕਰਨੀ ਬਹੁਤ ਵਧੀਆ ਲੱਗਦਾ, ਵੈਸੇ ਵੀ ਘਰੋਂ ਬਾਹਰ ਨਿਕਲਦਾ ਮਾਇੰਡ ਫਰੈਸ਼ ਹੁੰਦਾ। ਟਾਈਮ ਹੋ ਗਿਆ 6:42 ਦਾ ਅਤੇ ਮੈਂ 2 ਰਾਊਂਡ ਲਗਾ ਕੇ ਬੈਠ ਗਈ, ਥੱਕ ਗਈ। ਦਵਿੰਦਰ ਹਜੇ ਆਈ ਨਹੀਂ, ਮੈਂ ਉਹਨਾਂ ਨੂੰ ਪੁੱਛਿਆ ਕਿੰਨਾ ਟਾਈਮ ਲੱਗੂ, ਕਹਿੰਦੇ 10 ਮਿੰਟ ਲੱਗਣਗੇ। ਕਿ ਮੇਰਾ ਦਿਲ ਕਰਦਾ 1 ਰਾਊਂਡ ਹੋਰ ਲਾ ਲਾ, ਪਰ ਮੈਂ ਤਾਂ ਇੰਨੀ ਫਾਸਟ ਤਾਂ ਲੱਗਣਾ ਨਹੀਂ, ਦੇਖਦੇ ਬੈਠੀ ਹਾਂ ਮੈਂ। ਥੋੜ੍ਹਾ ਰੈਸਟ ਕਰ ਰਹੀ ਹਾਂ, 2 ਮਿੰਟ ਰੈਸਟ ਕਰਕੇ ਫਿਰ ਮੈਂ 1 ਰਾਊਂਡ ਹੋਰ ਲਾਉਂਦੀ ਹਾਂ। ਬੈਂਚ ਖਾ ਲੈਣੀ ਸੀ ਮੈਂ, ਨੀਚੇ ਹੀ ਬਹਿ ਗਈ। ਨੀਚੇ ਬਹਿ ਕੇ ਵੀ ਅੱਛਾ ਲੱਗ ਰਿਹਾ, ਘਾਹ ਵਿੱਚ ਬਹੁਤ ਅੱਛਾ ਲੱਗਾ ਮੈਨੂੰ। 2 ਰਾਊਂਡ ਮੈਂ ਪੂਰੇ ਨਾ ਆਪਣੀ ਮਰਜ਼ੀ ਨਾਲ ਲਾਏ, ਜੇ ਦਵਿੰਦਰ ਹੁੰਦੇ ਨਾਲ ਫਿਰ ਉਹ ਕਹਿੰਦੇ ਨੇ ਇੰਨੀ ਫਾਸਟ ਨਾ ਤੁਰ, ਹੌਲੀ ਚੱਲ ਹੈ ਨਾ। ਅੱਜ ਮੈਂ ਆਪਣੀ ਮਰਜ਼ੀ ਨਾਲ ਵਾਕ ਕਰੀ ਜਾਂਦਾ ਜਿਵੇਂ ਮੈਂ ਕਰਨੀ ਸੀ ਫਾਸਟ, ਵਿੱਚ ਸਲੋ ਤੁਰ ਨਹੀਂ ਆਉਂਦਾ ਜਦ ਮੈਂ ਵਾਕ ਕਰਦੀ ਹਾਂ। ਨਹੀਂ ਮੈਂ ਦਵਿੰਦਰ ਫਾਸਟ ਤੁਰਨ ਦਿੰਦੇ, ਕਹਿੰਦੇ ਹੌਲੀ ਚੱਲ, ਤੂੰ ਬਹੁਤ ਤੇਜ਼ ਭੱਜਦੀ ਆ, ਭੱਜਣਾ। ਮੈਂ ਦੇਖ ਰਹੀ 1 ਰਾਊਂਡ ਹੋਰ ਲਾ ਕੇ ਆਉਂਦੀ, ਵਧੀਆ ਲੱਗਿਆ ਮੈਨੂੰ ਪਾਰਕ 'ਚ ਜਾ ਕੇ ਵਾਕ ਕਰਨਾ, ਵਧੀਆ ਮਾਹੌਲ ਹੈ। ਥੋੜ੍ਹੀ ਜਿਹੀ ਗਰਮੀ ਤਾਂ ਹੈਗੀ, ਗਰਮੀ ਤਾਂ ਬਹੁਤ ਜ਼ਿਆਦਾ, ਹਿਊਮਸ ਹੋਈ ਪਈ, ਪੜਦਾ ਹੋਈ ਪਈ ਬਹੁਤ ਜ਼ਿਆਦਾ। ਦੇਖਦੇ 1 ਰਾਊਂਡ ਹੋਰ ਲਾਉਂਦੀ ਹਾਂ। ਟਾਈਮ ਹੋ ਗਿਆ 7:30 ਦਾ, ਘਰ ਆ ਗਿਆ ਸੀ 10-15 ਮਿੰਟ, ਉਹ ਘਰੇ ਨੂੰ ਆ ਕੇ ਪਹਿਲਾਂ ਪਾਣੀ ਪੀਤਾ। ਹੁਣ ਮੈਂ ਕਰ ਰਹੀ ਹਾਂ ਡਿਨਰ, ਗ੍ਰੀਨ ਐਪਲ। ਡਿਨਰ 'ਚ ਅੱਜ ਮੈਂ ਕੁਛ ਨਹੀਂ ਖਾਂਦਾ, ਗ੍ਰੀਨ ਐਪਲ ਹੀ ਖਾਣੇ ਨੇ। ਕੁਛ ਦਿਲ ਨਹੀਂ ਕਰ ਰਿਹਾ ਖਾਣ ਨੂੰ, ਵੀ ਲੂਣ ਮਿਰਚ ਮਸਾਲਾ ਜਿਹੜਾ ਕੁਛ ਨਹੀਂ ਦਿਲ ਕਰ ਰਿਹਾ ਮੇਰਾ, ਰੰਗ ਦਿਲ ਕਰਦਾ ਠੰਡਾ ਜਿਹਾ ਕੁਛ ਖਾ ਲਾ। ਮੈਂ ਕਿਹਾ ਚਲੋ ਫਰੂਟ ਹੀ ਖਾਂਦੇ ਹਾਂ, ਐਪਲਸ ਖਾਂਦੇ ਹਾਂ। ਔਰ ਨਾ ਪਾਰਕ 'ਚ ਵਾਕ ਕਰਕੇ ਮਜ਼ਾ ਆਇਆ, ਘਰ ਦੀ ਵਾਕ ਅਤੇ ਪਾਰਕ ਦੀ ਵਾਕ 'ਚ ਬਹੁਤ ਫਰਕ ਆ। ਜੋ ਘਰ ਵਾਕ ਕਰਦੇ ਬੇਟੇ ਵੀ ਸਿਰ ਨੂੰ ਚੱਕਰ ਚੜ੍ਹਦੇ ਨੇ, ਕਿਵੇਂ ਚੱਕਰ ਲਾਈ ਜਾਂਦੇ, ਥੋੜ੍ਹੀ ਜਗ੍ਹਾ 'ਚ ਚੱਕਰ ਚੜ੍ਹਦੇ ਨੇ। ਜੋ ਪਾਰਕ 'ਚ ਵਾਕ ਕਰਦੇ ਉਹਦਾ ਆਪਾਂ ਇੱਕ ਸਪੀਡ ਨਾਲ ਤੁਰੇ ਨੇ, ਉਹਦੀ ਸਪੀਡ ਕਦੇ ਆਪਣੀ ਸਲੋਅ ਹੋਊਗੀ, ਕਦੇ ਤੇਜ਼ ਹੋਊਗੀ। ਪਰ ਪਾਰਕ 'ਚ ਜਦ ਵਾਕ ਕਰਦੇ ਆਪਣਾ ਟਾਰਗੇਟ ਹੁੰਦਾ ਵੀ ਐਡਾ ਵੱਡਾ ਰਾਊਂਡ ਰਾਊਂਡ ਕੰਪਲੀਟ ਕਰਨਾ ਹੈ ਨਾ, ਇੱਕ ਸਪੀਡ 'ਤੇ ਆਪਾਂ ਆਰਾਮ ਨਾਲ ਤੁਰੀ ਜਾਂਦੇ ਰੈਗੂਲਰ, ਉਦੋਂ ਲੱਤਾਂ ਨੂੰ ਥਕਾਵਟ ਹੁੰਦੀ ਹੈ। ਉਰੇ ਲੱਤਾਂ ਨੂੰ ਥਕਾਵਟ ਦਾ ਤਾਂ ਘੱਟ ਪਤਾ ਲੱਗਦਾ, ਪਰ ਜਿਹੜੇ ਸਿਰ ਨੂੰ ਚੱਕਰ ਚੜ੍ਹਦੇ ਨੇ ਉਹਦਾ ਜ਼ਿਆਦਾ ਪਤਾ ਲੱਗਦਾ। ਚਲੋ ਜੀ, ਇੰਨਾ ਵੱਡਾ ਵਿਹੜਾ ਹੈਗਾ ਹਨ ਪਾਰਕ ਸੈਰ ਕਰਨ, ਉਹ ਵੀ ਬਹੁਤ ਵਧੀਆ। ਕਈਆਂ ਦੇ ਨਹੀਂ ਹੈਗਾ ਵਿਹੜਾ, ਉਹ ਕਹਿੰਦੇ ਸਾਡੇ ਵਿਹੜਾ ਨਹੀਂ, ਵਿਹੜਾ ਹੋ ਕੇ ਅਸੀਂ ਘਰੇ ਵਾਕ ਕਰ ਲਈਏ। ਤੁਹਾਨੂੰ ਕਰਦੇ ਵੀਡੀਓ ਦਾ ਐਂਡ, ਹੋਪ ਸੋ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ। ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।